ਕਾਂਗਰਸ ਦਾ ਅਲਾਈਂਸ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਨੈਸ਼ਨਲ ਲੈਵਲ ਤੇ ਹੁਣ ਉਹ ਚ ਜਿਹੜੇ ਪੰਜਾਬ ਵਾਲੇ ਕਾਂਗਰਸੀ ਨੇ ਫਸੇ ਫਸੇ ਜੇ ਲੱਗਦੇ ਨੇ ਉੱਪਰੋਂ ਤਾਂ ਹੋ ਗਿਆ ਪਰ ਪੰਜਾਬ ਕਾਂਗਰਸ ਦੇ ਵਿੱਚ ਕੁਝ ਕੁ ਬੰਦੇ ਹੈਗੇ ਆ ਜਿਹੜੇ ਅੱਜ ਵੀ ਨਹੀਂ ਚਾਹੁੰਦੇ ਹੁਣ ਜਦੋਂ ਸਟੇਜ ਸ਼ੇਅਰਿੰਗ ਹੋ ਗਈ ਐਂਡ ਤੇ ਜਾ ਕੇ ਉਹਨੂੰ ਦੇਖਣਾ ਕੀ ਹੋਊਗਾ ਪਰ ਤੁਹਾਨੂੰ ਕਿਵੇਂ ਲੱਗਦਾ ਲਾਈਂਸ ਕਿੰਦਰ ਨੂੰ ਚਾਹ ਉਹ ਚਾਹਣ ਵਾਲਿਆਂ ਚ ਤਾਂ ਯਾਰ ਥੋੜੇ ਬੰਦੀ ਹੋਣੇ ਆ ਨਾ ਚਾਹਣ ਵਾਲਿਆਂ ਚ ਤਾਂ ਸੁਖਪਾਲ ਸਿੰਘ ਖਹਿਰਾ ਹੋਣੇ ਆ ਪ੍ਰਤਾਪ ਸਿੰਘ ਬਾਜਵਾ ਹੋਣੇ ਆ ਪ੍ਰਗਟ ਸਿੰਘ ਹੋਣੇ ਆ ਜਾਂ 4-5 ਬੰਦੇ ਹੋਣੇ ਆ ਨਹੀਂ ਬਾਕੀਆਂ ਨੂੰ ਤਾਂ ਸਗੋਂ ਮਾਹ ਹੋ ਜਾਏ ਵੀਰ ਚਾਰ ਦਿਨ ਵਿਜੀਲੈਂਸ ਘੱਟ ਤੰਗ ਕਰੂ ਹੁਣ ਕਾਲੀਆਂ ਦੇ ਮਗਰ ਪੈਜੂਗੀ ਵਿਜੀਲੈਂਸ ਨੂੰ ਸਾਡੇ ਹਨਾ ਗੇਟ ਥੋੜੇ ਜੇ ਨਾ ਦਿਸਣੋਂ ਹਟ ਜਾਣਗੇ ਵਿਜੀਲੈਂਸ ਵਾਲੇ ਸਿੱਧੇ ਨੰਗ ਜਾਣਗੇ ਬਾਕੀ ਕਾਂ ਰਸਿਆਂ ਨੂੰ ਤਾਂ ਕੋਈ ਚਾਹੀ ਆ ਕੋਈ ਐਂ ਗੱਲ ਨਹੀਂ ਪਰ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਸੈਂਟਰ ਯੂਨਿਟ ਹੈ ਉਹਨਾਂ ਨੇ ਜਿਸ ਹਿਸਾਬ ਨਾਲ ਆਵਾਦਮੀ ਪਾਰਟੀ ਦੀ ਸਪੋਰਟ ਕਰੀ ਆ ਇਹਨੂੰ ਕਹਿੰਦੇ ਆ ੱੱੱਕੇ ਨਾਲ ਕਿਸੇ ਦਾ ਸਾਲਾ ਬੰਨਾ ਆਹਾਂ ਈਅਰ ਪਿੰਡਾਂ 'ਚ ਹੁਣ ਇਹ ਜੀਆਂ ਉਦਾਹਰਨਾਂ ਹੀ ਹੁੰਦੀਆਂ ਅਗਲੇ ਚਾਹੁੰਦੇ ਨਹੀਂ ਤੁਸੀਂ ੱੱੱਕੇ ਨਾਲ ਸਪੋਰਟ ਕਰੀ ਜਨੇ ਹੋ ਅਗਲੇ ਅਨੇ ਆ ਤੁਹਾਡੀ ਆ ਮਰਿੰਡੇ ਵਾਲੀ ਸਾਰੀ ਕਮੇਟੀ ਬਦਲ ਵਾਲੀ ਆਪਦੇ ਹੱਕ ਚ ਕਰਤੀ ਹਾਂ ਆ ਡੈਮ ਡੈਮੋਕਰੇਸੀ ਕੁਛ ਨਹੀਂ ਹੁੰਦੀ ਉਹ ਸਾਡੇ ਵਾਲਾ ਰੇਡੀਓ ਵਾਲੇ ਮੁੰਡੇ ਕਹਿੰਦੇ ਹੁੰਦੇ ਹਨ ਇਹ ਇਹ ਡੇਰਾ ਬਸੀ ਤੋਂ ਗਾਂ ਆਉਂਦੀ ਆ ਪੰਜਾਬ ਚ ਕੋਈ ਡੈਮੋਕਰੇਸੀ ਨਹੀਂ ਇੱਥੇ ਤਾਂ ਇਹ ਨਹੀਂ ਪਤਾ ਤੜਕੇ ਆਪਾਂ ਨੂੰ ਨੇ ਚੁਕਾਏ ਪਏ ਹੋਗੇ ਤੇ ਆਪਾਂ ਨੂੰ ਪਤਾ ਵੀ ਨਾ ਲੱਗੇ ਵੀ ਆ ਪਰਚਾ ਕਿਹੜਾ ਪਾਏ ਆ ਬੈਠਾ ਯਾਰ ਰਸਤਾ ਕਰੇ ਹੀ ਨਹੀਂ ਦਾ ਕੁਛ ਡੈਮੋਕਰੇਸੀ ਤਾਂ ਯਾਰ ਸਾਰੀ ਮਤਲਬ ਇਸ ਸਰਕਾਰ ਦੀ ਹਰ ਗੱਲ ਜਿਹੜੀ ਉਹ ਜਾਂਦੀ ਤਾਂ ਆਥਾਰਿਟੇਰੀਅਨ ਸਰਕਾਰਾਂ ਵੱਲ ਆ ਹਨਾ ਪਰ ਠੀਕ ਆ ਉਹ ਉਹ ਦਿੱਲੀ ਵਿੱਚ ਵੀ ਜੇ ਪੁਲਿਸ ਇਨਾਂ ਕੋਲੇ ਹੁੰਦੀ ਜਾਂ ਪੂਰਨ ਸਟੇਟ ਹੁੰਦੀ ਫੇਰ ਡੈਮੋਕਰੇਸੀ ਦਾ ਰੌਲਾ ਥੋੜੀ ਪੈਣਾ ਸੀ ਡੈਮੋਕਰੇਸੀ ਦਾ ਰੌਲਾ ਤਾਂ ਦੂਜੀਆਂ ਸਟੇਟਾਂ ਚ ਰੋਣ ਵਾਸਤੇ ਹੁੰਦਾ ਹੈ ਵੀ ਸਾਡੇ ਨਾਲ ਤੱਕਾ ਹੋ ਗਿਆ ਪਰ ਕਾਂਗਰਸ ਨੇ ਜਿਸ ਹਸਾਵਣਾ ਸਾਥ ਦਿੱਤਾ ਜਿਹੜੀ ਪਾਰਟੀ ਨੂੰ ਤੁਸੀਂ ਭਾਈ ਸਾਥ ਦੇਈ ਜਾਂਦੇ ਹੋ ਪਹਿਲੀ ਗੱਲ ਤਾਂ ਉਹਨਾਂ ਦਾ ਡੈਮੋਕਰੇਸੀ 'ਚ ਕੋਈ ਯਕੀਨੀ ਦੂਸਰਾ ਤੁਸੀਂ ਕਿਹੜੀ ਡੈਮੋਕਰੇਸੀ ਵਾਸਤੇ ਸਾਥ ਦਿੰਦੇ ਹੋ ਆਵਾਦਮੀ ਪਾਰਟੀ ਦਾ ਤੁਸੀਂ ਤਾਂ ਤਾਂ ਵੀ ਯਾਰ 24 'ਚ ਬਸ ਮੋਦੀ ਡੇਗ ਲਗੇ ਮੇਨ ਵੱਡਾ ਮਕਸਦ ਆਹਾ ਡੈਮੋਕਰੇਸੀ ਦੀ ਫਿਕਰ ਕੋਈ ਕਾਂਗਰਸ ਨੂੰ ਮੈ ਨਹੀਂ ਵੀ ਆਏ ਬਈ ਬਾਲੇ ਉਹਨਾਂ ਨੂੰ ਡੈਮੋਕਰੇਸੀ ਦੀ ਕੋਈ ਫਿਕਰ ਐ ਇਸ ਲਈ ਆ ਮਦਮੀ ਪਾਰਟੀ ਦਾ ਸਾਥ ਦੇ ਰਿਆ ਪਰ ਗਗਨ ਮੈਂ ਤਾਂ ਜਦੋਂ ਸਥਿਤੀ ਸੋਚਦਾ ਨਾ ਕਦੇ-ਕਦੇ ਯਾਰ ਅਜੀਬ ਲੱਗਦਾ ਹੁਣ ਦੇਖੋ ਅਕਾਲੀ ਦਲ ਦਾ ਸਮਝੌਤਾ ਭਾਜਪਾ ਨਾਲ ਹੋ ਜਾਣਾ ਹੈ ਹਜੇ ਭਾਵੇਂ ਨਹੀਂ ਪਰ ਭੁੱਲ ਜਿਓ ਇਹ ਸਮਝੌਤਾ ਹੁਣੇ ਹੁਣ ਤੈ ਹੈ ਯਾਰ ਹਨਾ ਅਕਾਲੀ ਦਲ ਵਾਲੇ ਕਈਨ ਵੀ ਅਸੀਂ ਨਹੀਂ ਕਰਦੇ ਉਹ ਬਾਈ ਕਰੋਗੇ ਭਾਜਪਾਲੇ ਵੀ ਕਹਿਣਗੇ ਵੀ ਸਾਨੂੰ ਨਹੀਂ ਲੋੜ ਇਹਨਾਂ ਦੀ ਹਾਂ ਕੋਈ ਨਹੀਂ ਹਾਂ ਕੋਈ ਰਾਣੀ ਹੈ ਹਨਾ ਉਹ ਉਹਨਾਂ ਦਾ ਭਾਜਪਾ ਦੇ ਵਿੱਚ ਸਾਰੇ ਇਸ ਸਮੇਂ ਕਾਂਗਰਸ ਦੇ ਲੀਡਰ ਮੂਰੇ ਆ ਹਨਾ ਚਾਹੇ ਉਹ ਜਾਖੜ ਸਾਹਿਬ ਹੋਣ ਚਾਹੇ ਉਹ ਬਲਬੀਰ ਸਿੱਧੂ ਹੋਣ ਹਾਂ ਗੁਰਪ੍ਰੀਤ ਕਾਂਗੜ ਹੋਣ ਤੇ ਇਹ ਕੈਪਟਨ ਅਮਰਿੰਦਰ ਸਿੰਘ ਖੁਦ ਹਨਾ ਉਹ ਸਾਰੇ ਭਾਜਪਾ ਦੇ ਲੀਡਰ ਆ ਤੇ ਕਾਂਗਰਸ ਇਸ ਸਮੇਂ ਆਮ ਆਦਮੀ ਪਾਰਟੀ ਨਾਲ ਵੀ ਮਿਲ ਕੇ ਚੱਲ ਰਹੀ ਆ ਬੀਐਸਸੀ ਤੁਹਾਨੂੰ ਸਮਰਥਨ ਦਿੰਨੇ ਆ ਇਸ ਗੱਲ ਦੇ ਉੱਤੇ ਠੀਕ ਆ ਕਈ ਤਾਂ ਟਿਕਟ ਵੰਡ ਦਾ ਵੀ ਰੌਲਾ ਪਾ ਰਹੇ ਆ ਉਹਨਾਂ ਦਾ ਐ ਆਪਸ ਦੇ ਵਿੱਚ ਦੋ ਪਾਰਟੀਆਂ ਠੀਕ ਆ ਕਾਂਗਰਸ ਤੇ ਆਪ ਤੇ ਜਦ ਕਿ ਆਪ ਤੇ ਹੁਣ ਭਾਜਪਾ ਰਹੀ ਗਈ ਇਹਨਾਂ ਦੋਨਾਂ ਦੀਆਂ ਤਾਂ ਪਾਲਿਸੀ ਹਰ ਸੇਮ ਆ ਇੱਕ ਵੀ ਪਾਲਿਸੀ ਦੱਸੋ ਜਿਹੜੀ ਆਮ ਆਦਮੀ ਪਾਰਟੀ ਦੀ ਭਾਜਪਾ ਨੂੰ ਅੱਡ ਆ ਸਿਵਾ ਮੈਕਸਿਮਟਲੀ ਅਲਾਈਐਂਸ ਤਾਂ ਇਹਨਾਂ ਦਾ ਬਣਦਾ ਨਹੀਂ ਅਲਾਈਐਂਸ ਤਾਂ ਕਰਨ ਦੀ ਉਹਨੂੰ ਲੋੜ ਹੁੰਦੀ ਹੈ ਨਾ ਰਿਲਾਇਐਂਸ ਕਰਨ ਦੀ ਅਲਾਈਐਂਸ ਕਰਨ ਦੀ ਲੋੜ ਸਮਝੌਤਾ ਕਰਨ ਦੀ ਲੋੜ ਤਾਂ ਆਪਾਂ ਨੂੰ ਤਾਂ ਹੋਵੇ ਜੇ ਆਪਾਂ ਕੋਈ ਐ ਕਹੇ ਵੀ ਆਪਾਂ ਅੱਡ ਘਰੇ ਰਹਿਨੇ ਆਂ ਆਪਾਂ ਇੱਕ ਘਰ ਦੀ ਦੋ ਜਵਾਕਾਂ ਤੂੰ ਇਧਰਲੇ ਪਾਸੇ ਪਿੰਡ ਨੱਪਲਿਆ ਮੈਂ ਇਧਰਲੇ ਪਾਸੇ ਨੱਪਲਿਆ ਆਪਾਂ ਨੂੰ ਅਹੀਂ ਲੋੜਾ ਸਮਝੌਤੇ ਕਰਨ ਦੀ ਆਪਾਂ ਤਾਂ ਅੱਖ ਦੀ ਸਹਨਤਣਾ ਸਮਝਿਆ ਕਰਾਂਗੇ ਵੀ ਹੁਣ ਆਹ ਠੱਠਲਾ ਵੀ ਇਹ ਸਮਝੌਤੇ ਦੀ ਨਾ ਤਾਂ ਮੈਨੂੰ ਤਾਂ ਕੋਈ ਸਮਝ ਆ ਹੀ ਨਹੀਂ ਰਹੀ ਵੀ ਇਹ ਸਮਝੌਤਾ ਹੈ ਕਿਹੜੇ ਪਾਸੇ ਆ ਮਨਪ੍ਰੀਤ ਸਿੰਘ ਬਾਦਲ ਹੋਣ ਚਾਹੇ ਉਦੋਂ ਇਹ ਕਾਂਗਰਸ 'ਚ ਸੀਗੇ ਹੁਣ ਇਹ ਵੀ ਭਾਜਪਾ ਚਾ ਵੈਸੇ ਆਹ ਲੀਡਰ ਵੀ ਹੈਣਾ ਇਹ ਸਾਰੇ ਜਿਹੜੇ ਲੀਡਰ ਹੈ ਜਿੰਨੇ ਵੀ ਹੈ ਜੇ ਤੁਸੀਂ ਧਿਆਨ ਨਾਲ ਬੈਠ ਕੇ ਦੇਖੋ ਪਾਰਟੀਆਂ ਨੂੰ ਵੀ ਦੇਖੋ ਤਾਂ ਤੁਸੀਂ ਆਹੀਂ ਲੱਭਣਾ ਉਪਖਾ ਹੋ ਜੂ ਵੀ ਯਾਰ ਕਿਹੜਾ ਕਿਹੜੇ ਪਾਸੇ ਆ ਇਹ ਮਿਲ ਕੇ ਕਿਤੇ ਸਾਡੇ ਸਾਡੇ ਤੇ ਤਾਂ ਨਹੀਂ ਗੇਮਾਂ ਪਾਈ ਜਾਂਦੇ ਕੀ ਦਾ 25 75 ਆ ਤੇ ਜੇ ਹੁਣ ਵੀ ਚੱਟਾ ਵੇਖਦਾ ਕਿ ਹੁਣ ਵੀ ਪੰਜਾਬ ਚ 25 75 ਆ ਦੇਖ ਕੇ ਤਾਂ ਲੱਗਦਾ ਜਿਵੇਂ ਹੈਗਾ ਨਹੀਂ ਜੇ ਚੱਟਾ ਵੇਖਦਾ ਸਾਰਾ ਕੁਝ ਉੱਥੇ ਹੀ ਖੜਾ ਫਿਰ ਤਾਂ 25 75 ਹੀ ਆ ਨਾ ਜਿਹਨੂੰ ਕਹਿੰਦੇ ਸੀ ਜੇ ਕੁਝ ਬਦਲਿਆ ਤਾਂ ਫਿਰ ਤਾਂ ਆਪਾਂ ਮੰਨ ਲਾਂਗੇ ਨਹੀਂ ਹੈਗਾ 25 75 ਨਾ ਉਹ ਤਾਂ ਉਵੇਂ ਹੀ ਆ ਬਸ ਖਬਰਾਂ ਘਟੀਆਂ ਯਾਰ ਜਦੋਂ ਤੁਸੀਂ ਜਿਹੜਾ ਨੇ ਮਤਲਬ ਆਪਦੇ ਆ ਬੰਦੇ ਆ ਤੁਹਾਡੇ ਹੈਨਾ ਵੀ ਉਹ ਉਹਨਾਂ ਨੂੰ ਤੁਸੀਂ ਐ ਕਰ ਲਿਆ ਪ੍ਰਾਈਮ ਰੇਟ ਚ ਕਰਦੇ ਆ ਨਾ ਆ ਕ੍ਰਾਈਮ ਰੇਟ ਦੀ हां ਬਹੁਤ ਸਹੀ ਧਾਰਨ ਦਿੱਤੀ ਆ ਔਰਤਾਂ ਨਾਲ ਛੇੜਛਾੜ ਦੇ ਮਾਮਲੇ ਭਾਰਤ ਦੀ ਕਿਹੜੀ ਸਟੇਟ ਚ ਬਹੁਤ ਆਉਂਦੇ ਆ ਕੇਰਲਾ ਚ ਆਉਂਦੇ ਆ ਕੇਰਲਾ ਸੀ ਆਉਂਦੀ ਮੇਰੇ ਖਿਆਲ ਮਤਲਬ ਇਹ ਇਹ ਅੰਕੜਿਆਂ ਚ ਕੇਰਲਾ ਚ ਆਉਂਦੇ ਆ ਕਿਉਂ ਕੇਰਲਾ ਚ ਆਉਂਦੇ ਆ ਪਤਾ ਕਾਰਨ ਕੀ ਆ ਉੱਥੇ ਔਰਤਾਂ ਰਿਪੋਰਟ ਕਰ ਦਿੰਦੇ ਆ ਜਿਹੜੀਆਂ ਸਟੇਟਾਂ ਚ ਔਰਤਾਂ ਰਿਪੋਰਟ ਵੀ ਨਹੀਂ ਕਰਨੇ ਜਾਂਦੀਆਂ ਇੰਨਾ ਡਰੀਆਂ ਵੀ ਆ ਉੱਥੇ ਤੁਸੀਂ ਕਹੋਗੇ ਵੀ ਇੱਥੇ ਤਾਂ ਛੇੜਛਾੜ ਹੀ ਨਹੀਂ ਹੁੰਦੀ ਕ੍ਰਾਈਮ ਨਹੀਂ ਇੱਥੇ ਕ੍ਰਾਈਮ ਹੀ ਨਹੀਂ ਹੈਗਾ ਇਹ ਅੰਕੜਿਆਂ ਦੀ ਖੇਡ ਆ ਸਰਕਾਰਾਂ ਦੀ ਅੰਕੜਿਆਂ ਚ ਤੁਹਾਨੂੰ ਦਿਖਾ ਦੇਣਗੇ ਇੰਨੇ ਹਜ਼ਾਰ ਕਰੋੜ ਦਾ ਚਿੱਟਾ ਫੜਿਆ ਇੰਨੇ ਆ ਪਰ ਦੇਖ ਲਿਓ ਆਥ ਨੂੰ ਆ ਕੇ ਦੇਖ ਲਿਓ ਪੰਜਾਬ ਚ ਕਿੰਨਾ ਘਟਦਾ ਇਹ ਇਹ ਅੰਕੜਿਆਂ ਦੀਆਂ ਖੇਡਾਂ ਸਰਕਾਰਾਂ ਨੇ ਖੇਡਣੀ ਆ ਪਰ ਮੁੱਖ ਦੀ ਗੱਲ ਬਈ ਇਹ ਆ ਵੀ ਲੋਕਾਂ ਨੂੰ ਆਪਦਾ ਆਪ ਹੀ ਸਵਾਰਨਾ ਪਊਗਾ ਇਹਨਾਂ ਦਾ ਹਾਲ ਇਸ ਸਰਕਾਰ ਦਾ ਲਾ ਲਓ ਪਿਛਲੀਆਂ ਦਾ ਲਾ ਲਓ ਜਾਂ ਗਾਂ ਵਾਲੀਆਂ ਦਾ ਵੀ ਓਨਾ ਕੀ ਰਹੂਗਾ ਜਿੰਨਾ ਕਦ ਬਾਅਦ ਤੁਸੀਂ ਪਾਲੋ ਕਾਂਗਰਸ ਦਾ ਅਲਾਈਂਸ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਨੈਸ਼ਨਲ ਲੈਵਲ ਤੇ ਹੁਣ ਉਹ ਚ ਜਿਹੜੇ ਪੰਜਾਬ ਵਾਲੇ ਕਾਂਗਰਸੀ ਨੇ ਫਸੇ ਫਸੇ ਜੇ ਲੱਗਦੇ ਨੇ ਉੱਪਰੋਂ ਤਾਂ ਹੋ ਗਿਆ ਪਰ ਪੰਜਾਬ ਕਾਂਗਰਸ ਦੇ ਵਿੱਚ ਕੁਛਕ ਬੰਦੇ ਹੈਗੇ ਆ ਜਿਹੜੇ ਅੱਜ ਵੀ ਨਹੀਂ ਚਾਹੁੰਦੇ ਹੁਣ ਜਦੋਂ ਸਟੇਜ ਸ਼ੇਅਰਿੰਗ ਹੋ ਗਈ ਐਂਡ ਤੇ ਜਾ ਕੇ ਉਹਨੂੰ ਦੇਖਣਾ ਕੀ ਹੋਊਗਾ ਪਰ ਤੁਹਾਨੂੰ ਕਿਵੇਂ ਲੱਗਦਾ ਲੈਸ ਕਿਧਰ ਨੂੰ ਚਾਹ ਕਹਾਣੀ ਹਾਂ ਚਾਹਣ ਵਾਲਿਆਂ ਚ ਤਾਂ ਯਾਰ ਥੋੜੇ ਬੰਦੇ ਹੀ ਹੋਣੇ ਆ ਨਾ ਚਾਹਣ ਵਾਲਿਆਂ ਚ ਤਾਂ ਸੁਖਪਾਲ ਸਿੰਘ ਖਹਿਰਾ ਹੋਣੇ ਆ ਪ੍ਰਤਾਪ ਸਿੰਘ ਬਾਜਬਾ ਹੋਣੇ ਆ ਪ੍ਰਗਟ ਸਿੰਘ ਹੋਣੇ ਆ ਜਾਂ ਚਾਰ ਪੰਜ ਬੰਦੇ ਹੋਣੇ ਆ ਨਹੀਂ ਬਾਕੀਆਂ ਨੂੰ ਤਾਂ ਸਗੋਂ ਮੌਜ ਆ ਵੀਰ ਚਾਰ ਦਿਨ ਵਿਜੀਲੈਂਸ ਘੱਟ ਤੰਗ ਕਰੂ ਹੁਣ ਕਾਲੀਆਂ ਦੇ ਮਗਰ ਪੈਜੂਗੀ ਵਿਜੀਲੈਂਸ ਨੂੰ ਸਾਡੇ ਹਨਾ ਗੇਟ ਥੋੜੇ ਜੇ ਨਾ ਦਿਸਣੋਂ ਹਟ ਜਾਣਗੇ ਵਿਜੀਲੈਂਸ ਵਾਲੇ ਸਿੱਧੇ ਨੰਗ ਜਾਣਗੇ ਬਾਕੀ ਕਾਂਰਸੀਆਂ ਨੂੰ ਤਾਂ ਕੋਈ ਚਾਈ ਆ ਕੋਈ ਐਂ ਗੱਲ ਨਹੀਂ ਪਰ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਸੈਂਟਰ ਯੂਨਿਟ ਹੈ ਉਹਨਾਂ ਨੇ ਜੇ ਹਸਾਬ ਨਾ ਆਵੰਦਵੀ ਪਾਰਟੀ ਦੀ ਸਪੋਰਟ ਕਰੀ ਆ ਇਹਨੂੰ ਕਹਿੰਦੇ ੱੱੱਕੇ ਨਾਲ ਕਿਸੇ ਦਾ ਸਾਲਾ ਬੰਨਾ ਆਹਾਂ ਏਅਰ ਪਿੰਡਾਂ 'ਚ ਹੁਣ ਇਹਦੀਆਂ ਧਾਰਨਾ ਨਹੀਂ ਹੁੰਦੀਆਂ ਅਗਲੇ ਚਾਉਂਦੇ ਨਹੀਂ ਤੁਸੀਂ ਧੱਕੇ ਨਾਲ ਸਪੋਰਟ ਕਰੀ ਜਾਂਦੇ ਹੋ ਅਗਲੇ ਨੇ ਆ ਤੁਹਾਡੀ ਆ ਮਰਿੰਡੇ ਵਾਲੀ ਸਾਰੀ ਕਮੇਟੀ ਬਦਲ ਆਲੀ ਆਪਦੇ ਹੱਕ 'ਚ ਕਰਤੀ ਹਾਂ ਆ ਡੈਮ ਡੈਮੋਕਰੇਸੀ ਕੁਝ ਨਹੀਂ ਹੁੰਦੀ ਉਹ ਸਾਡੇ ਵਾਲਾ ਰੇਡੀਓ ਵਾਲੇ ਮੁੰਡੇ ਕਹਿੰਦੇ ਹੁੰਦੇ ਹਨ ਇਹ ਇਹ ਡੇਰਾ ਬਸੀ ਤੋਂ ਗਾਂ ਆਉਂਦੀ ਹੈ ਪੰਜਾਬ 'ਚ ਕੋਈ ਡੈਮੋਕਰੇਸੀ ਨਹੀਂ ਇੱਥੇ ਤਾਂ ਐ ਨਹੀਂ ਪਤਾ ਤੜਕੇ ਆਪਾਂ ਦੋਨੇ ਚਕਾਏ ਪਏ ਹੋਗੇ ਤੇ ਆਪਾਂ ਨੂੰ ਪਤਾ ਵੀ ਨਾ ਲੱਗੇ ਵੀ ਆ ਪਰਚਾ ਕਿਹੜਾ ਪਾਇਆ ਬੈਠਾ ਯਾਰ ਰਸਤਾ ਕਰੇ ਹੀ ਨਹੀਂ ਦਾ ਕੁਝ ਡੈਮੋਕਰੇਸੀ ਤਾਂ ਯਾਰ ਸਾਰੀ ਮਤਲਬ ਇਸ ਸਰਕਾਰ ਦੀ ਹਰ ਗੱਲ ਹੈ ਜਿਹੜੀ ਉਹ ਜਾਂਦੀ ਤਾਂ ਆਥਾਰਿਟੇਰੀਅਨ ਸਰਕਾਰਾਂ ਵੱਲ ਹੈ ਹਨਾ ਪਰ ਠੀਕ ਆ ਉਹ ਉਹ ਦਿੱਲੀ ਵਿੱਚ ਵੀ ਜੇ ਪੁਲਿਸ ਇਹਨਾਂ ਕੋਲੇ ਹੁੰਦੀ ਜਾਂ ਪੂਰਨ ਸਟੇਟ ਹੁੰਦੀ ਫਿਰ ਡੈਮੋਕ੍ਰੇਸੀ ਦਾ ਰੌਲਾ ਥੋੜੀ ਪੈਣਾ ਸੀ ਡੈਮੋਕ੍ਰੇਸੀ ਦਾ ਰੌਲਾ ਤਾਂ ਦੂਜੀਆਂ ਸਟੇਟਾਂ ਚ ਰੋਣ ਵਾਸਤੇ ਹੁੰਦਾ ਵੀ ਸਾਡੇ ਨਾਲ ੱਤਕਾ ਹੋ ਗਿਆ ਪਰ ਕਾਂਗਰਸ ਨੇ ਜਿਸ ਹਿਸਾਬ ਨਾਲ ਸਾਥ ਦਿੱਤਾ ਜਿਹੜੀ ਪਾਰਟੀ ਨੂੰ ਤੁਸੀਂ ਭਾਈ ਸਾਥ ਦੇਈ ਜਾਂਦੇ ਹੋ ਪਹਿਲੀ ਗੱਲ ਤਾਂ ਉਹਨਾਂ ਦਾ ਡੈਮੋਕ੍ਰੇਸੀ 'ਚ ਕੋਈ ਯਕੀਨੀ ਦੂਸਰਾ ਤੁਸੀਂ ਕਿਹੜੀ ਡੈਮੋਕ੍ਰੇਸੀ ਅਸਤੇ ਸਾਥ ਦਿੰਦੇ ਹੋ ਆਵਾਦਮੀ ਪਾਰਟੀ ਦਾ ਤੁਸੀਂ ਤਾਂ ਤਾਂ ਵੀ ਯਾਰ 24 'ਚ ਬਸ ਮੋਦੀ ਡੇਗ ਲਗੇ ਮੇਨ ਵੱਡਾ ਮਕਸਦ ਆਹਾ ਡੈਮੋਕਰੇਸੀ ਦੀ ਫਿਕਰ ਕੋਈ ਕਾਂਗਰਸ ਨੂੰ ਨਾ ਨਹੀਂ ਵੀ ਆਏ ਬਈ ਬਾਲੇ ਉਹਨਾਂ ਨੂੰ ਡੈਮੋਕਰੇਸੀ ਦੀ ਕੋਈ ਫਿਕਰ ਐ ਇਸ ਲਈ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਆ ਪਰ ਗਗਨ ਮੈਂ ਤਾਂ ਜਦੋਂ ਸਥਿਤੀ ਸੋਚਦਾ ਨਾ ਕਦੇ ਕਦੇ ਯਾਰ ਅਜੀਬ ਲੱਗਦਾ ਹੁਣ ਦੇਖੋ ਅਕਾਲੀ ਦਲ ਦਾ ਸਮਝੌਤਾ ਭਾਜਪਾ ਨਾਲ ਹੋ ਜਾਣਾ ਹੈ ਹਜੇ ਭਾਵੇਂ ਨਹੀਂ ਪਰ ਭੁੱਲ ਜਿਓ ਇਹ ਸਮਝੌਤਾ ਹੁਣੇ ਹੁਣ ਤੈ ਆ ਯਾਰ ਹਨਾ ਅਕਾਲੀ ਦਲ ਵਾਲੇ ਕਈ ਜਣ ਵੀ ਅਸੀਂ ਨਹੀਂ ਕਰਦੇ ਉਹ ਬਾਈ ਕਰੋਗੇ ਭਾਜਪਾਲੇ ਵੀ ਕਹਿਣਗੇ ਵੀ ਸਾਨੂੰ ਨਹੀਂ ਲੋੜ ਇਹਨਾਂ ਦੀ ਹਾਂ ਕੋਈ ਨਹੀਂ ਹਾਂ ਕੋਈ ਰਾਹ ਨਹੀਂ ਹਨਾ ਉਹ ਉਹਨਾਂ ਦਾ ਭਾਜਪਾ ਦੇ ਵਿੱਚ ਸਾਰੇ ਇਸ ਸਮੇਂ ਕਾਂਗਰਸ ਦੇ ਲੀਡਰ ਮੂਰੇ ਆ ਹਨਾ ਚਾਹੇ ਉਹ ਜਾਖੜ ਸਾਹਿਬ ਹੋਣ ਚਾਹੇ ਉਹ ਬਲਬੀਰ ਸਿੱਧੂ ਹੋਣ ਹਾਂ ਗੁਰਪ੍ਰੀਤ ਕਾਂਗੜ ਹੋਣ ਤੇ ਇਹ ਕੈਪਟਨ ਅਮਰਿੰਦਰ ਸਿੰਘ ਖੁਦ ਹਨਾ ਉਹ ਚ ਸਾਰੇ ਭਾਜਪਾ ਦੇ ਲੀਡਰ ਹੈ ਤੇ ਕਾਂਗਰਸ ਇਸ ਸਮੇਂ ਆਮ ਆਦਮੀ ਪਾਰਟੀ ਨਾਲ ਵੀ ਮਿਲ ਕੇ ਚੱਲ ਰਹੀ ਆ ਵੀਐਸਸੀ ਤੁਹਾਨੂੰ ਸਮਰਥਨ ਦਿੰਨੇ ਆ ਇਸ ਗੱਲ ਦੇ ਉੱਤੇ ਠੀਕ ਹੈ ਕਈ ਤਾਂ ਟਿਕਟ ਵੰਡ ਦਾ ਵੀ ਰੌਲਾ ਪਾ ਰਹੇ ਆ ਉਹਨਾਂ ਦਾ ਐ ਆਪਸ ਦੇ ਵਿੱਚ ਦੋ ਪਾਰਟੀਆਂ ਠੀਕ ਹੈ ਕਾਂਗਰਸ ਤੇ ਆਪ ਤੇ ਜਦ ਕਿ ਆਪ ਤੇ ਹੁਣ ਭਾਜਪਾ ਰਹੀ ਗਈ ਇਹਨਾਂ ਦੋਨੋਂ ਦੀਆਂ ਤਾਂ ਪਾਲਿਸੀ ਹਰ ਸੇਮ ਆ ਇੱਕ ਵੀ ਪਾਲਿਸੀ ਦੱਸੋ ਜਿਹੜੀ ਆਮ ਆਦਮੀ ਪਾਰਟੀ ਦੀ ਭਾਜਪਾ ਨਾਲ ਆ ਆ ਸਿਵਾ ਆਲਟੀਮੇਟਲੀ ਕਲਾਈਐਂਸ ਤਾਂ ਇਹਨਾਂ ਦਾ ਬਣਦਾ ਨਹੀਂ ਅਲਾਈਐਂਸ ਤਾਂ ਕਰਨ ਦੀ ਉਹਨੂੰ ਲੋੜ ਹੁੰਦੀ ਹੈ ਨਾ ਅਰ ਅਲਾਈਐਂਸ ਕਰਨ ਦੀ ਅਲਾਈਐਂਸ ਕਰਨ ਦੀ ਲੋੜ ਸਮਝੌਤਾ ਕਰਨ ਦੀ ਲੋੜ ਤਾਂ ਆਪਾਂ ਨੂੰ ਤਾਂ ਹੋਵੇ ਜੇ ਆਪਾਂ ਕੋਈ ਐ ਕਹੇ ਵੀ ਆਪਾਂ ਅੱਡ ਘਰੇ ਰਹਿਨੇ ਆ ਆਪਾਂ ਇੱਕ ਘਰ ਦੇ ਦੋ ਜਵਾਕਾਂ ਤੂੰ ਇਧਰਲੇ ਪਾਸੇ ਪਿੰਡ ਨੱਪਲਿਆ ਮੈਂ ਇਧਰਲੇ ਪਾਸੇ ਨੱਪਲਿਆ ਆਪਾਂ ਨੂੰ ਅਹੀਂ ਲੋੜਾ ਸਮਝੌਤੇ ਕਰਨ ਦੀ ਆਪਾਂ ਤਾਂ ਅੱਖ ਦੀ ਸਹਨਤ ਨਾ ਸਮਝਿਆ ਕਰਾਂਗੇ ਵੀ ਹੁਣ ਆਹਦੇ ਸੱਟ ਲਾ